ਰਹਿਮਾਨ-ਇਰ-ਰਹੀਮ ਅਸਲਾਮੁ ਅਲੈਕੁਮ। ਵੇਖ ਰਹੇ ਹੋ ਤੁਸੀਂ ਆਪਣਾ ਕਰਨਾਣਾ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਇਰਫਾਨ। ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਦੀ ਨਵੀਂ ਵੀਡੀਓ ਲੈ ਕੇ ਆਵੀਦਾ। ਇਨਸ਼ਾਅੱਲਾ ਉਮੀਦ ਕਰਨਾ ਵੀਡੀਓ ਤੁਹਾਡੇ ਪਸੰਦ ਆਵੇਗੀ। ਤੁਸੀਂ ਲਾਈਕ ਕਰੋ ਦੇ, ਤੁਸੀਂ ਸ਼ੇਅਰ ਵੀ ਕਰੋ ਦੇ। ਸਭ ਦੀ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਬੈੱਲ ਆਈਕਾਨ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਸਾਡੀ ਆਰ ਆਉਣ ਵਾਲੀ ਵੀਡੀਓ ਜਿਹੜੀ ਹੈ ਇਹ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਵੀਡੀਓ ਇਸ ਤਰ੍ਹਾਂ ਜਿਹੜੀ ਬਣਾਉਣ ਲੱਗਾ, ਅੱਜ ਵਾਰ ਮੰਗਲ ਹੈ ਅਤੇ ਤਈਬ ਵੜਾਇ ਦਾ ਵਾਰ ਹੈ। ਛੇਵਾਂ ਤਕਰੀਬਨ ਮੈਨੂੰ ਛੇਵਾਂ ਹਫ਼ਤਾ ਉਹਦੇ ਕੋਲ ਸਿਲਸਿਲੇਵਾਰ ਮੰਗਲ ਦਾ ਵਾਰ ਉਹਨੇ ਰੱਖਿਆ ਉਹਦੇ ਕੋਲ ਆਉਂਦਿਆਂ। ਡੰਗਰ ਉਹਦੇ ਕੋਲ ਪੁੱਛ ਲੈਂਦੇ ਹਾਂ ਕਿੰਨੇ ਨੇ, ਲੇਕਿਨ ਮੈਂ ਥੋੜ੍ਹਾ ਜਿਹਾ ਐਡਰੈਸ ਉਹਦਾ ਫਿਰ ਦਿਹਾ ਦਿਆਂ। ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਵਜ਼ੀਰਾਬਾਦ ਹੈ। ਪਿੰਡ ਦਾ ਨਾਂ ਹੈ ਜਨਾਬ ਟੋਨੀ ਕੇ। ਇਹ ਜੀ ਟੀ ਰੋਡ ਦੇ ਉੱਤੇ ਵਾਕਿਆ ਪਿੰਡ ਹੈ ਅਤੇ ਸਾਰੋ ਕੀ ਇੱਕ ਤਾਂ ਸਾਰੋ ਕੀ ਹੈ ਨਾ, ਅੱਗੇ ਆਪਣਾ ਜਿਹੜਾ ਪਿਆ ਦਿਓ ਸਾਡੇ ਕੋਲ ਗੁਜਰਾਤ, ਇਹ ਉਹਦੇ ਦੀ ਅੱਗੇ ਨਾ ਆਪਣਾ ਅੰਬਰ ਚੀਮੇ ਵਾਲਾ ਸਾਰੋ ਕੀ, ਉੱਥੋਂ ਇਹ ਲਿੰਕ ਰੋਡ ਨਿਕਲਦਾ ਜੀ ਟੀ ਰੋਡ ਦੀ, ਉਸੇ ਰੋਡ ਦੇ ਉੱਤੇ ਵੀ ਆਉਂਦਾ, ਜੀ ਟੀ ਰੋਡ ਦੇ ਵੀ ਆਉਂਦਾ, ਬਲਕਿ ਜੀ ਟੀ ਰੋਡ ਦੇ ਨਾਲ ਨਜ਼ਦੀਕ ਹੀ ਲੱਗਦਾ। ਅਤੇ ਬਸ ਇਹ ਤੁਹਾਨੂੰ ਡਰੈਸ ਮਕਸੂਦ ਹੈ ਕਿ ਇਹ ਕਿ ਸਾਰੋ ਕੀ ਇੱਕ ਮੇਰੇ ਕੋਲ ਗੁਜਰਾਤ ਵਿੱਚ, ਇੱਕ ਗੁਜਰਾਤ ਦੀ ਬਾਹਰ ਹੈ ਵਜ਼ੀਰਾਬਾਦ, ਗੁਜਰਾਲਾ ਤਹਿਸੀਲ ਆਪਣਾ ਵਜ਼ੀਰਾਬਾਦ ਤਹਿਸੀਲ, ਗੁਜਰਾਲਾ ਜਨਾਬ ਇਹਨਾਂ ਦਾ ਡਿਸਟ੍ਰਿਕਟ ਆਉਂਦਾ। ਅਤੇ ਤਈਬ ਵੜਾਏ ਸਾਹਿਬ ਆਹੋ ਜੀ ਪੁੱਛ ਲੈਂਦੇ ਉਹਦੇ ਕੋਲ ਕਿੰਨੀਆਂ ਮੱਝਾਂ ਆਉਂਦੀਆਂ ਨੇ ਅਤੇ ਕਿੰਨੀਆਂ ਵੇਗੀਆਂ ਨੇ, ਕਿੰਨੀਆਂ ਖਲੀਆਂ ਨੇ, ਕਿੰਨੀਆਂ ਦੇ ਬਿਆਨੇ ਹੋ ਗਏ ਨੇ, ਕਿਉਂਕਿ ਇਹਨਾਂ ਦਾ ਵੀ ਸਿਲਸਿਲਾ ਵਾਰ ਜਿਹੜਾ ਚੱਲ ਪਿਆ ਉਹਦੇ ਵਿੱਚ ਫਿਰ ਮਾਲ ਜਿਹੜਾ ਵਿਕਦਾ ਰਹਿੰਦਾ, ਆਮਦਾ ਕਿਤਨਾ, ਸਾਰਾ ਹਿਸਾਬ ਕਿਤਾਬ ਪੁੱਛ ਲੈਂਦੇ ਹਾਂ। ਆਹੋ ਜੀ ਅਸਲਾਮ ਅਲੈਕਮ ਜੀ। ਵਾਲੇਕੁਮ ਅਸਲਾਮ ਜੀ। ਵੜਾਏ ਸਾਹਿਬ ਕੀ ਹਾਲ ਹੈ ਜੀ? ਅਲਹਮਦੁਲਿਲਾਹ ਠੀਕ ਹੋ, ਅੱਲਾਹ ਦਾ ਖਾਨ ਸ਼ਾਨ ਦੀ ਬੱਚੀ ਹੋ ਕਿ ਨਹੀਂ ਜੀ? ਬਸ ਅੱਲਾਹ ਦਾ ਸ਼ੁਕਰ ਹੈ ਕਰਮ। ਅੱਛਾ ਜੀ, ਕਿਤਨੀਆਂ ਆਉਂਦੀਆਂ ਜੀ ਮੱਝਾਂ? ਆਈ ਸਾਹਿਬ ਮੱਝਾਂ 11 ਆਉਂਦੀਆਂ ਸਾਡੇ ਜੀ, ਜਿਨ੍ਹਾਂ ਵਿੱਚੋਂ ਮੱਝਾਂ ਮੇਰੇ ਖਿਆਲ ਨਾਲ 3 ਤੇ 2 5 ਵਿਕ ਗਈਆਂ ਜੀ। ਅੱਛਾ, ਤੇ ਪਿੱਛੇ ਮੇਰੇ ਹਿਸਾਬ ਨਾਲ ਆਏ ਨੇ 6 ਮੱਝਾਂ। 6 ਹਾਂਜੀ। ਤੇ ਜਿੱਥੇ ਜਿੱਥੇ ਗਈਆਂ ਨੇ ਉਹਨਾਂ ਦਾ ਪਤਾ ਕੋਈ? ਜੀ 2 ਮੱਝਾਂ ਗਈਆਂ ਜੇ ਇੱਥੇ ਡਿਸਕ ਦੇ ਨਾਲ ਬੰਬਾਂ ਵਾਲੇ ਜੀ, ਉੱਥੇ ਗਈਆਂ ਨੇ, ਉਹ ਭਾਈ ਨਵਾਜ਼ ਨੇ ਉਹਨਾਂ ਖੜੀਆਂ ਨੇ। ਅੱਛਾ, 1 ਮੱਝ 2 ਮੱਝਾਂ ਮੌਜੂਦਾ ਇੱਥੇ ਕੋਲ ਨੇ, 1 ਮੱਝ ਸ਼ੇਖਪੁਰੇ ਗਈ ਜੇ ਉਹ ਸੁਬਾ 3 ਮੱਝਾਂ ਗਈਆਂ ਨੇ, 2 ਮੌਜੂਦ ਨੇ ਤੇ 6 ਦੂਜੀਆਂ ਜਿਹੜੀਆਂ ਨੇ ਵਿਕਣ ਵਾਲੀਆਂ ਮੌਜੂਦ ਨੇ। 6 ਮੌਜੂਦ ਨੇ, 6 ਮੌਜੂਦ ਜਿਹੜੀਆਂ ਵਿਕਣ ਵਾਲੀਆਂ, ਬਿਲਕੁਲ। ਅੱਛਾ, ਵਿਕਣ ਵਾਲੀਆਂ ਵਹਾਈਏ ਪਹਿਲਾਂ ਕਿ ਜਿਹੜੀਆਂ ਵਿਕੀਆਂ ਨੇ ਉਹ ਵਹਾਈਏ? ਮੈਂ ਨਾ ਵਿਕਣ ਵਾਲੀਆਂ ਵਹਾ ਲਓ ਪਹਿਲਾਂ, ਵਿਕਣ ਵਾਲੀਆਂ ਵਿਕਣ ਵਾਲੀਆਂ ਵਹਾ ਲਓ ਪਹਿਲਾਂ। ਨੰਬਰ ਬੋਲੋ। 03470084613। ਫਿਰ ਬੋਲੋ ਇਹੋ ਹੀ ਨੰਬਰ, 03470084613। ਇਮੋ ਵਟਸਐਪ ਐਸੇ ਨੰਬਰ ਤੇ ਨਾ, ਇਹੀ ਨੰਬਰ ਚਾਹੀਦਾ ਭਾਈ, ਇਹਨਾਂ ਦੇ ਨੰਬਰ ਦੀ ਜ਼ਰੂਰਤ ਨਹੀਂ, ਕਿਉਂਕਿ ਅਵਰ ਸੀ ਜਿਤਨੇ ਆ ਨੇ ਨਾ ਉਹਨਾਂ ਨੇ ਰਾਬਤਾ ਕਰਨਾ ਇਮੋ ਵਟਸਐਪ ਤੇ, ਉਹ ਨੰਬਰ ਤੁਹਾਡੇ ਕੋਲ ਇਸੇ ਨੰਬਰ ਦੇ ਵਟਸਐਪ ਹੈ, ਲੇਕਿਨ ਤੁਸੀਂ 73 ਜਿਹੜਾ ਦੂਜਾ ਨੰਬਰ ਬੋਲਣਾ ਤੇ ਬੋਲ ਦਿਓ, ਸਕਰੀਨ ਤੇ ਇੱਕੋ ਨੰਬਰ ਲੱਗੇਗਾ। ਜ਼ਰੂਰਤ ਵੀ ਕੋਈ ਨਹੀਂ, 24 ਘੰਟੇ ਮੇਰਾ ਨੰਬਰ ਜਿਹੜਾ ਹੈ ਨਾ ਉਹ ਚੱਲਦਾ ਹੀ ਹੁੰਦਾ, ਅਗਰ ਖੁਦਾ ਨਾ ਹਾਸਤਾ ਕਿਤੇ ਕੋਈ ਬਿਜਲੀ ਦਾ ਵਾਧਾ ਘਾਟਾ ਪਾਕਿਸਤਾਨ ਹੋ ਜਾਂਦਾ, ਉਹ ਦੂਜਾ ਨੰਬਰ 03425491312 ਸਕਰੀਨ ਤੇ ਤੁਹਾਡਾ ਹੀ ਲਾਣਾ ਜੀ, ਬਿਲਕੁਲ ਮੇਰਾ ਹੀ ਲੱਗਣਾ। ਸ਼ੁਰੂ ਕਰੀਏ ਜੀ? ਸ਼ੁਰੂ ਕਰੋ। ਲਿਆਓ ਜੀ ਮਾਜ ਨੰਬਰ 1, ਜਿਹੜੇ ਤੁਹਾਡੇ ਹੈ ਨਾ ਆਪਣੇ ਤਰਾਜ਼ ਜੀ, ਜਿਹੜੇ ਨਾਂ ਲਿਖ ਕੇ ਦਿੱਤੇ ਜੀ। ਮੈਂ ਭਾਈ ਜੀ ਸਭ ਤੋਂ ਪਹਿਲਾਂ ਮਾਜ਼ਰਤ ਖਾਂ, ਪਹਿਲੀ ਤਾਂ ਗੱਲ ਮੈਨੂੰ ਪਤਾ ਹੀ ਨਹੀਂ ਕਿ ਫੋਨ ਕਿਹੜਾ ਵੀ ਆਇਆ ਅਤੇ ਮੋਟਰਸਾਈਕਲ 'ਤੇ ਹੋਵੇ ਤਾਂ ਪਤਾ ਜੇ ਨਹੀਂ ਪਤਾ ਲੱਗਦਾ। ਅਤੇ ਬਾਕੀ ਜਨਾਬ ਹੈ ਜਿਹੜੀ ਗੱਲ ਹੈ ਨਾ ਫੋਨ ਅਟੈਂਡ ਕਰਨ ਵਾਲੀ, ਇਹ ਮੈਨੂੰ ਪਤਾ ਲੱਗ ਜਾਵੇ ਤਾਂ ਇਸ ਦਾ ਕਰ ਲੈਂਦਾ, ਬਾਕੀ ਮੈਂ ਨਾਂ ਇਹਨਾਂ ਦੇ ਲੈ ਸਕਦਾ ਜੀ। ਅਤੇ ਬਾਕੀ ਬਾਹਰ ਹੀ ਨਾਂ ਲੈਂਦੇ ਨੇ ਮਾਜ ਵਹਾਓ ਜੀ, ਮਾਜ ਨੰਬਰ 1 ਹਾਂ ਜੀ। ਮਾਜ ਵੇਖਦੇ ਹੋ ਵੀ ਤੁਸੀਂ ਕਿਤਨੇ ਦਿਹਾੜੇ ਕੱਢਦੀ ਤਈਬ? ਭਾਈ ਸਾਹਿਬ ਇਹ ਦੂਸਰੇ ਸੂਬੇ ਮਾਝ ਸੂਨਾ ਜੇ ਦਿਹਾੜੇ ਲੈਂਦੀ ਹੈ 5 ਤੋਂ 6 ਮਾਝ, 5 ਤੋਂ 6 ਹਾਂਜੀ, 4 ਵੀ ਲੈ ਸਕਦੀ ਹੈ, ਗੱਡੀਆਂ ਦੇ ਵਿੱਚ ਫਿਰ ਆਉਂਦੀਆਂ ਨੇ ਤੁਹਾਨੂੰ ਪਤਾ ਕੀ ਦੂਜੇ ਸੂਬੇ ਜੀ, ਪੱਕੀ ਦੂਜੇ ਸੂਬੇ। ਤੇ ਕੀ ਡਿਮਾਂਡ ਤਈਬ ਦੀ ਕਰਨਾ ਇਹਦੀ? ਭਾਈ ਸਾਹਿਬ 2,60,000 ਰੁਪਈਆ ਡਿਮਾਂਡ, 2,60,000 ਡਿਮਾਂਡ ਨਹੀਂ, ਇਹਦੇ ਪੈਸੇ ਇਹਨੇ ਲੈਣੇ ਹੀ ਲੈਣੇ ਫਾਈਨਲ ਹਾਂਜੀ। ਤੇ ਇਹ ਜਨਾਬ ਦੂਜੇ ਸੂਏ ਹੈ ਜੀ, ਦੂਜੇ ਸੂਏ ਜੀ। ਮਾਈ ਨੰਬਰ 3 ਆਪਣਾ 2 3 ਆਸੜੇ, ਮਾਈ ਨੰਬਰ 2 ਲਿਆਓ ਜੀ, ਮਜਬੂਰੀ ਆ ਗਈ ਜੀ, ਪਹਿਲਣੇ ਦੂਜਣ ਦੂਜਣ ਜੀ ਆਈ ਸਾਹਿਬ ਜੀ, ਦੂਜਣ ਸੂਈ ਇਹ ਸੂਣ ਵਾਲੀ ਹੈ, ਸੂਣ ਵਾਲੀ ਹੈ ਮਾਝ, ਇਹ ਕੱਚੀ ਆਈ ਸਾਹਿਬ ਦਿਹਾੜੇ 10-15 ਮਾਝ ਲੈਂਦੀ ਹੈ, 10-15 ਦੀ 10-15 ਦੇ ਮਾਝ ਇਹ ਲੈਂਦੀ। ਅੱਛਾ ਹਾਂਜੀ, ਦੂਜੇ ਸੂਏ ਸੋਣਾ ਜੀ, ਬਿਲਕੁਲ ਇਹਨੇ ਵੀ ਦੂਸਰੇ ਸੂਏ ਸੋਣਾ, ਯਾਨੀ ਕਿ ਦਿਹਾੜੇ 10-15 ਪੱਕੇ ਕੱਢ ਜੇ।
ਡੰਗਰ ਇੱਕ ਦੋ ਪਛੜਾ ਪਾਇਆ ਕਰ।
ਆਈ ਸਾਹਿਬ ਮੱਝ ਪਾਈ ਸੀ ਪਛੜੀ ਜਿਹੜੀ ਲੱਭੀ ਸੀ ਉਹ ਪਾਈ ਸੀ ਤੁਹਾਨੂੰ ਵੀ ਪਤਾ ਹੈ ਗਈ ਵੀ ਇਸੇ ਤਰ੍ਹਾਂ ਹੀ ਹੈ ਪਤਾ ਜੇ ਕੀ ਮਾਲ ਲੱਭੇ ਤੇ ਫੇਰ ਲੱਭੇ ਕੋਈ ਨਾ ਮੰਨੇ ਵਾ ਲੈ ਵਾ ਆਗੂ ਮੈਂ ਉਹੀ ਦਾ ਕਾਰਨ ਆ ਜਿਹੜਾ ਮੈਨੂੰ ਲੱਭਣਾ ਉਹ ਲੱਭੇ ਨਾ ਸਹੀ ਇਹ ਗੱਲ ਹੈ ਨਾ ਮੱਝ ਹੈ ਜਿਹੜੀ ਚੋਈ ਸਾਜਦ ਨੇ ਚੋਈ ਆਪਣਾ ਦੋਸਤ ਮੇਰਾ ਤੇ ਇਹਦੀ ਮਾਝ ਪਾਣੀ ਹੈ ਵਿੱਚ ਜੀ ਉਹਨਾਂ ਨੇ ਮਾਝ ਪਾਣੀ ਹੈ ਮਾਝ ਉਹਨਾਂ ਨੇ ਲਈ ਹੈ ਅੱਛਾ ਬਿਲਕੁਲ ਉਹਨਾਂ ਨੇ ਮਾਝ ਦਾ ਮੁੱਲ ਵੀ ਉਹਨਾਂ ਦੱਸਣਾ ਉਹਨਾਂ ਨੇ ਕੋਈ ਮਮਾਨੀਅਤ ਨਹੀਂ ਇਸ ਗੱਲ ਵਿੱਚ ਕਿ ਤੁਸੀਂ ਨਾ ਦੱਸੋ ਦੱਸਣਾ ਬਿਲਕੁਲ ਅਸਾਂ ਚੋਈ ਸਾਜਦ ਕਿੰਨਾ ਕੁ ਦੱਸਣਾ ਹੀ ਜੇ ਤੇ ਨੀਲੀ ਵਾਲਾ ਨਾ ਕਰੋ ਤੁਸੀਂ ਜਿਹੜਾ ਨਾ ਆਪਣਾ ਆਪਣੇ ਏਰੀਆ ਵਾਲਾ ਹੀ ਕਰੋ ਨੀਲੀ ਵਾਲਿਆਂ ਨੂੰ ਸੌਂਪਦਾ ਉਹਨਾਂ ਨੂੰ ਪੇ ਕਰਨ ਤੋਂ ਜਿੱਦਾਂ ਦਿਲ ਕਰਦੇ ਨੇ ਹਾਂਜੀ ਸਾਹਿਬ ਮੇਰੀ ਗੱਲ ਸੁਣੋ ਰੋਜ਼ ਵੀਡੀਓ ਬਣਾਉਂਦੇ ਹੋ ਸਾਰਾ ਕੁਝ ਹੁੰਦਾ ਮੱਝਾਂ ਮਹਾਈਆਂ ਨੇ 6 ਤੋਂ 7 ਮੁੱਲ ਵੀ ਤੁਹਾਡਾ ਫਰਜ਼ ਕੀਤਾ ਤੁਸੀਂ ਠੀਕ ਕੀਤਾ ਆਪਣਾ ਨਿਭਾਇਆ ਮੈਂ ਮੱਝਾਂ ਦੇ ਮੁੱਲ ਮੰਗੇ ਨੇ ਮੈਂ ਆਪਣੀ ਰੋਜ਼ੀ ਹੱਕ ਲਾਲ ਦੀ ਜਾਇਜ਼ ਕਰਕੇ ਮੰਗੀ ਅੱਗੋਂ ਕੋਈ ਮੈਨੂੰ ਚੰਗਾ ਆਖੇ ਕੋਈ ਮੈਨੂੰ ਮੰਦਾ ਆਖੇ ਉਹ ਆਪਣਾ ਆਪਣਾ ਦੇਹ ਨੇ ਕਿਸੇ ਦਾ ਅਸੀਂ ਵੀ ਮੱਝਾਂ ਸਾਡੀਆਂ ਵੀ ਵਿੱਚ ਆਉਂਦੇ ਅਸੀਂ ਵੀ 5-5 ਲੱਖ ਮੰਗ ਸਕਦੇ ਹਾਂ ਲੇਕਿਨ ਨਹੀਂ ਇਸ ਗੱਲ ਨੂੰ ਸਾਨੂੰ ਤਾਂ ਕੋਈ ਨਫ਼ਰਤ ਹੁੰਦੀ ਹੈ ਕਿਉਂਕਿ ਮਾਲ ਦਾ ਮੁੱਲ ਜਾਇਜ਼ ਮੰਗੀਅਤ ਦੇਖਦਾ ਵੇਖੋ ਜੀ ਵੀਡੀਓ ਮੈਂ ਸਾਰੇ ਏਰੀਆ ਦੀ ਨਹੀਂ ਪਿਆ ਬਣਾਉਂਦਾ ਜਮੀਲ ਦੀ ਵੀ ਬਣਾਉਂਦਾ ਰਿਹਾ ਲੇਕਿਨ ਜਮੀਲ ਵਿੱਚ ਮਹੀਨਾ ਡੇਢ ਗੈਪ ਉਹਨੇ ਪਾਇਆ ਪੂਰੀ ਮੇਰੀ ਵਜ੍ਹਾ ਦੀ ਨਹੀਂ ਪਿਆ ਇਹ ਜਿਹੜੀ ਵੀਡੀਓ ਨੇ ਬਣਾਈ ਹੈ ਮੇਰੀ ਵਜ੍ਹਾ ਦੀ 3-4 ਦਿਨ ਲੇਟ ਹੋਈ ਹੈ ਲੇਕਿਨ ਮਹੀਨੇ ਦਾ ਗੈਪ ਨਹੀਂ ਹੋਇਆ ਲੇਟ ਵੀ ਹੋਈ ਹੈ ਜਿਹੜਾ ਮੈਂ ਉੱਧਰ ਟੁੱਟ ਗਿਆ ਉਹ ਤੁਹਾਨੂੰ ਪਤਾ ਛੜਾ ਜਮੀਲ ਨਹੀਂ ਇਹ ਕਈ ਬੰਦੇ ਜਿਹੜੇ ਨੇ ਲੇਟ ਹੋਏ ਨੇ ਇਹ ਜਿਹੜੇ ਵਿੱਚ ਇੱਕਾ ਦੁੱਕਾ ਵੀਡੀਓ ਬਣਾਉਣ ਵਾਲੇ ਨੇ ਬਹਰਹਾਲ ਜਿਹੜੇ ਤ੍ਰੈ ਤੁਸੀਂ ਵਿਨਰ ਹੋ ਨਾ ਮੇਰੇ ਚੈਨਲ ਦੇ ਇੱਕ ਸ਼ਾਮ ਹੈ ਮੁਦੱਸਰ ਹੈ ਤਯਬ ਤੂੰ ਹੈ ਲੇਕਿਨ ਮੈਂ ਇਹ ਕਹਿੰਦਾ ਕਿ ਮੈਨੂੰ ਜਿਹੜਾ ਨਾ ਮੇਰੀ ਵਜ੍ਹਾ ਦੀ ਤੁਹਾਡੀ ਕਾਂਡ ਨਾ ਲੱਗੇ ਤੇ ਤੁਹਾਡੀ ਵਜ੍ਹਾ ਦੀ ਮੇਰੀ ਨਾ ਲੱਗੇ ਅੱਜ ਸਾਹਿਬ ਮੇਰੀ ਗੱਲ ਅਸਲ ਗੱਲ ਮੈਂ ਤੇ ਰੱਖਣਾ ਇਹ ਗੱਲ ਕਰਨਾ ਹੁੰਦਾ ਅੱਜ ਫੇਰ ਗੱਲ ਕਰਨਾ ਕਿਸੇ ਬੰਦੇ ਨੂੰ ਅਗਰ ਕੋਈ ਗਿਲਾ ਹੋਵੇ ਸਾਡੇ ਤੇ ਅਸੀਂ ਹਰ ਟਾਈਮ ਹਾਜ਼ਰ ਆ ਜੇ ਅਸੀਂ ਗਲਤ ਹੋ ਗਏ ਤੇ ਠੀਕ ਹੈ ਇੱਕ ਦੂਸਰੀ ਇਹ ਗੱਲ ਮੈਂ ਅੱਗੇ ਵੀ ਇਹ ਤੁਹਾਨੂੰ ਦੱਸਣਾ ਅਸੀਂ ਬਗੈਰ ਤਨਕੀਦ ਤੋਂ ਮੇਰੀ 5ਵੀਂ 6ਵੀਂ ਵੀਡੀਓ ਮੈਂ ਕਿਸੇ ਭਰਾ ਦੇ ਤਨਕੀਦ ਅੱਜ ਤੱਕ ਨਾ ਕਰਨੀ ਵੀ ਨਹੀਂ ਕਰਨੀ ਵੀ ਨਹੀਂ ਚਾਹੇ ਉਹ ਆਰਫ ਵਾਲੇ ਬੈਠੇ ਆ ਚਾਹੇ ਉਹ ਇੱਥੇ ਵਜ਼ੀਰਾਬਾਦ ਬੈਠੇ ਆ ਜਾਂ ਗੁਜਰਾਤ ਆਪਣੀ ਮਿਹਨਤ ਕਰਕੇ ਅਸੀਂ ਆਪਣਾ ਆਪ ਕਮਾਉਂਦੇ ਹਾਂ ਮਾਲ ਮਿਹਨਤ ਕਰਕੇ ਲਈਦਾ ਇਹ ਅੱਲਾ ਦੇ ਹੁਕਮ ਦਾ ਸਾਡਾ ਵਿਕਦਾ ਠੀਕ ਹੈ ਅਸੀਂ ਆਪਣੀ ਮਿਹਨਤ ਕਰਦੇ ਮੈਂ ਪੁੱਛਣਾ ਕੋਈ ਹਾਂ ਲੇਕਿਨ ਪੁੱਛ ਸੜਨਾ ਵੇ ਵਿੱਚੋਂ ਗੱਲ ਕਿਤਨੇ ਕੁ ਡੰਗਰ ਵੇਚੇ ਨੇ ਤੁਹਾਡੇ ਵੀਡੀਓ ਤੇ ਜਿਹੜੀ ਮੈਂ ਤੁਹਾਨੂੰ ਦੱਸਣਾ ਜਿਹੜੀਆਂ ਮੱਝਾਂ ਇਹ ਦੋ ਪਾ ਕੇ ਤੁਹਾਡੀਆਂ 63 ਮੱਝਾਂ ਜੋ 63 ਮੱਝਾਂ 63 ਮੱਝਾਂ ਵਿੱਚੋਂ ਇਮਾਨੀ ਹਾਜ਼ਰ ਨਾਜ਼ਰ ਕਰਕੇ 63 ਮੱਝਾਂ ਜੋ ਕਿੰਨੀ ਕਮਿਸ਼ਨ ਮੈਨੂੰ ਦਿੱਤੀ ਹੈ ਹਾਂਜੀ ਸਾਹਿਬ ਜੇ ਤੇ ਸਹੀ ਪੁੱਛੋ ਤੇ ਮੈਨੂੰ ਸ਼ੱਕ ਤੁਸੀਂ ਇੱਕ ਹਲਾਲੇ ਦੇ ਵੀ ਤੁਸੀਂ ਜਿਹੜੇ ਹੱਕਦਾਰ ਨਹੀਂ ਹਲਾਲਾ ਮਸਲਨ 1 ਰੁਪਈਏ ਦੇ ਵੀ ਤੁਸੀਂ ਹੱਕਦਾਰ ਨਹੀਂ ਤੇ ਉਂਝ ਦੁਨੀਆ ਫਿਰ ਤੁਹਾਨੂੰ ਪਤਾ ਜਿਹੜਾ ਬੰਦਾ ਅੱਛੇ ਰਾਹ ਤੇ ਚੱਲਦਾ ਉਹਨੂੰ ਡੱਕਣ ਵਾਲੇ ਚੋਖੇ ਹੁੰਦੇ ਨੇ ਤੇ ਉਹਦੇ ਮੁਆਦਾ ਟੁਰਨ ਵਾਲੇ ਘੱਟ ਹੁੰਦੇ ਨੇ ਮਿਹਰਬਾਨੀ ਜਨਾਬ ਸ਼ੁਕਰੀਆ ਮੈਂ ਪੁੱਛਣਾ ਕੋਈ ਹਾਂ ਲੇਕਿਨ ਇੱਕ ਮੌਜੂ ਹੀ ਕੈਸਾ ਬਣ ਗਿਆ ਨਾ ਜਿਹਦੇ ਦੀ ਪੁੱਛਣਾ ਪੈ ਗਿਆ ਕਿਉਂਕਿ ਮੈਂ ਜੇ ਚੀਜ਼ ਪੁੱਛਾਂ ਵੀ ਨਾ ਮੇਰੇ ਭਰਾ ਨੇ ਬੜੇ ਵੇਖੀਓ ਆ ਵੀਡੀਓ ਕੱਲ੍ਹ ਚੜ੍ਹਨੀ ਹੈ ਆਪਣਾ ਅੱਜ ਹੀ ਚੜ੍ਹ ਜੇ ਦੀ ਜਾਂ ਮੰਗਲ ਅੱਜ ਤਾਂ ਪੱਕਾ ਦਿਨ ਨਾ ਟੋਡਾ ਹੈ ਮੰਗਲ ਅੱਜ ਹੀ ਚੜ੍ਹੇਰੀ ਜਿਹੜੇ ਭਰਾਵਾਂ ਨੇ ਫੋਨ ਕਰਨਾ ਉਹਨਾਂ ਆਣਾ ਆਈ ਸਾਹਿਬ ਤੁਹਾਨੂੰ 20 ਵਾਰੀ ਆਖਿਆ ਤਸੱਲੀਆਂ ਨਾ ਦਿਆ ਕਰੋ ਲੇਕਿਨ ਬਰ ਕੈਫ ਇੱਕ ਗੱਲ ਵੀ ਜ਼ਬਾਨੀ ਬਣ ਗਿਆ ਮਾਇੰਡ ਤੇ ਪੁੱਛ ਲਈ ਮੈਂ ਤੁਹਾਨੂੰ ਦੱਸਣਾ ਕੋਈ ਸਾਜਦ ਵਾਲੀ ਮੱਝ ਵਹਾ ਲਈਏ ਮੈਂ ਤੁਹਾਨੂੰ ਆਪਣੀ ਗੱਲ ਦੱਸਣਾ ਮੈਂ ਤੁਹਾਨੂੰ ਪਹਿਲੇ ਦਿਨ ਬੁਲਾਇਆ ਹੀ ਤਾਂ ਸੀ ਤੁਹਾਡੇ ਵਿੱਚ ਕੋਈ ਅਛਾਈ ਦਿਸੀ ਸੀ ਤਾਂ ਮਾਲ ਸਾਡਾ ਜਿਹੜਾ ਵੀਡੀਓ ਨਹੀਂ ਸੀ ਬਣਦੀ ਲੋਕਾਂ ਦੇ ਮਾਲ ਨਹੀਂ ਸਨ ਵਿਕਦੇ ਨੇ ਤੁਹਾਨੂੰ ਬੁਲਾਇਆ ਪਹਿਲੇ ਦਿਨ ਇਸ ਵਾਸਤੇ ਸੀ ਕਿ ਤੁਹਾਡੇ ਵਿੱਚ ਗੱਲਾਂ ਅੱਛੀਆਂ ਦਿਸੀਆਂ ਸਨ ਇਸ ਗੱਲ ਨਾਲ ਕਿ ਜਿਹੜਾ ਤੁਸੀਂ ਮਾਲਕ ਦਾ ਨੰਬਰ ਦਿੰਦੇ ਸੋ ਜਿਹੜੇ ਬੰਦੇ ਕਮਿਸ਼ਨ ਖਾਣੀ ਉਹਨੂੰ ਕੀ ਲੋੜ ਮਾਲਕ ਦਾ ਨੰਬਰ ਦੇਣ ਦਾ ਬਿਸਮਿਲ੍ਲਾ ਜੀ ਮਾਝ ਸਾਜਦ ਦੀ ਵਹਾਓ ਜੀ ਜੀ ਭਾਈਜਾਨ ਚੋਈ ਸਾਜਦ ਸਾਹਿਬ ਨੇ ਤਕਰੀਬਨ 5-4 ਮੱਝਾਂ ਅੱਗੇ ਲੈ ਰਹੇ ਨੇ ਜੀ ਅੱਗੇ ਉਹਨਾਂ ਦੇ ਘਰ ਸਾਡੇ ਘਰ ਦੀਆਂ 5 ਮੱਝਾਂ ਨੇ ਤੇ ਆ 6ਵੀਂ ਜਾਣੀ ਜੇ ਇਹ 6ਵੀਂ ਜਾਣੀ ਜੇ ਇਹ ਮਾਝ ਚੋਈ ਸਾਜਦ ਆਪੂ ਹੀ ਚੋਈ ਹੈ ਜੀ ਹੁਣ ਮੇਰੇ ਆਇਆ ਹੀ ਚੋਈ ਸਾਹਿਬ ਕਿੰਨਾ ਕੁ ਦੁੱਧ ਚੋਇਆ ਜੇ ਥੋੜ੍ਹਾ ਜਿਹਾ ਦੱਸ ਦਿਓ ਤੁਸੀਂ ਵੀ ਵਾਲੇਕੁਮ ਸਲਾਮ ਭਾਈ ਸਾਹਿਬ ਲਈ ਜਮਾਜ ਰੇਟ ਨਹੀਂ ਮੈਂ ਮੁਨਾਸਬ ਚਲੋ ਆ ਦੇਣਾ ਠੀਕ ਹੈ ਜਿੰਨੇ ਦੀ ਉਹਨਾਂ ਦੇ ਛੜੀ ਬਣਾ ਦੇ ਭਰਾ ਆਓ ਜੀ ਆਪਣਾ ਆਓ ਜੀ ਜਨਾਬ ਆਪਣਾ ਤਯਬ ਸਾਹਿਬ ਤੁਸੀਂ ਲਾਂਭਾ ਦਿੱਤਾ ਹੈ
ਮੈਂ ਲਾਂਭਾ ਚੱਲਣ ਵਾਸਤੇ ਤਿਆਰ ਹਾਂ, ਅਗਰ ਕੁਤਾਹੀ ਹੋ ਜੇ ਤੇ। ਇਹ ਚੋਈ ਸਾਜਦ ਨਾਲ ਖੜੇ ਆ। ਚੋਈ ਸਾਹਿਬ ਤੁਸੀਂ ਵੀ ਲਾਂਭਾ ਦਿੱਤਾ ਨਾ, ਫੋਨ ਨਹੀਂ ਜੇ ਚੁੱਕਿਆ। ਜਿਸ ਵਕਤ ਮੈਂ ਇੱਥੇ ਪਹੁੰਚਿਆ ਤੁਹਾਡੇ ਕੋਲ ਉੱਤੇ ਕਿੰਨੇ ਕੱਪੜੇ ਵਲੇਟੇ, ਕੰਨਾਂ ਤੇ ਮੋਟਰਸਾਈਕਲ ਦੇ ਨਹੀਂ ਪਤਾ ਲੱਗਦਾ। ਬਾਕੀ ਜਨਾਬ ਫਿਰ ਵੀ ਮੈਂ ਮਾਦਰਤ ਹਾਂ ਆਪਣਾ ਮੁਸ਼ਤਾਕ ਸਾਹਿਬ ਮੁਸ਼ਤਾਕ ਬਾਠ ਹੈ, ਕਿਹੜੀ ਜਗ੍ਹਾ ਬਾਠ, ਆਲਮ ਕੀਮ ਸੋਦੀਆ। ਪਰ ਉਹਨਾਂ ਤੱਕ ਪੈਗਾਮ ਪਹੁੰਚ ਗਿਆ ਬਾਠ ਜਿੱਥੇ ਵੀ ਆਏ। ਅੱਗੇ ਜਨਾਬ ਮੁਹੰਮਦ ਨਵਾਜ਼ ਅਲੀਪੁਰ ਚੱਠਾ, ਹਾਂਜੀ ਇਹ ਹੀ ਹੈ ਜੀ ਜੀ। ਅੱਗੇ ਜਨਾਬ ਇਮਰਾਨ ਅਮੈਰਿਕਾ, ਇਹਨਾਂ ਨਾਲ ਤੇ ਗ੍ਰਿਫਤਾਰ, ਸਲਾਮ ਦੁਆਈ ਇਹਨਾਂ ਨੂੰ, ਮੁਬਾਰਕਬਾਦ ਦਿੱਤੀ ਜੀ ਜੀ। ਗੁਲਜ਼ਾਰ ਅਹਿਮਦ ਅਹਿਮਦਨਗਰ ਜੀ, ਜਨਾਬ ਮੈਂ ਚੋਹਾਂ ਭਰਾਵਾਂ ਦਾ ਮਸ਼ਕੂਰ ਹਾਂ ਜਿਹੜਾ ਮੇਰੇ 'ਤੇ ਇਮਾਨ ਰੱਖਦੇ ਹੋ, ਪਿਆਰ ਕਰਦੇ ਹੋ, ਮੁਹੱਬਤ ਕਰਦੇ ਹੋ, ਤਈਬ ਨਾਲ ਅਟੈਚ ਰਹਿੰਦੇ ਹੋ। ਮੈਂ ਚੋਹਾਂ ਭਰਾਵਾਂ ਦਾ ਦੋਹਾਂ ਹੱਥਾਂ ਨਾਲ ਸਰੂਪੀ ਹੁੰਦੀ ਹੈ ਕਿ ਜਨਾਬ ਬੇਖਬਰੀ ਵਿੱਚ ਮੈਂ ਜੇ ਹੋ ਸਕਿਆ ਅਤੇ ਨਹੀਂ ਸੁਣ ਸਕਿਆ ਤਾਂ ਮਾਦਰਤ ਹਾਂ। ਮੈਂ ਜਨਾਬ ਫਿਰ ਮਾਦਰਤ ਕਰਨਾ ਵਾਰ ਵਾਰ, ਲੇਕਿਨ ਤੁਹਾਡੀਆਂ ਭਰਾਵਾਂ ਦੀ। ਭਾਈ ਗੁਲਜ਼ਾਰ ਨੂੰ ਇੱਕ ਮੇਰਾ ਪੈਗਾਮ ਹੈ, ਉਹਨਾਂ ਕਿਹਾ ਸੀ ਕਿ ਮੈਨੂੰ ਭਰਾ ਮੇਰਾ ਆਉਂਦਾ ਸੀ ਕਿ ਮੱਝਾਂ ਜਾਓ ਚੀਚਾਵਤ ਨੂੰ ਜਾ ਕੇ ਲੈ ਕੇ ਆਓ ਜੀ। ਉਹਨਾਂ ਮੱਝ ਖੜਨੀ ਹੈ ਸਾਡੇ ਕੋਲ, ਇੱਕ ਜਾਂ ਖੜਨੀ ਹੈ, ਦੋ ਕੱਲ੍ਹ ਦਾ ਸਾਨੂੰ ਪ੍ਰਬੰਧ ਅੱਜ ਜਿਹੜਾ ਨਾ ਹੁਣ ਸਵੇਰ ਦਾ ਉਹ ਕਰ ਗਏ ਨੇ, ਪ੍ਰਬੰਧ ਕਰਕੇ ਪੈਸੇ ਵੀ ਬਿਆਨਾ ਵੀ ਦੇ ਗਏ ਨੇ ਜੀ। ਮੈਂ ਇਸ ਗੱਲ ਦੀ ਗਰੰਟੀ ਦੇਣਾ ਜਿਹੜੀ ਦੋਵਾਂ ਝੋਟੀਆਂ 'ਚ ਝੋਟੀ ਖੜਨ ਦੇ ਜਿਸ ਮੁੱਲ 'ਤੇ ਮੈਂ ਦਿਆਂਗਾ, ਜੇ ਚੀਚਾਵਤ ਨੂੰ ਜਾ ਕੇ ਲੈ ਆਉਣ ਤਾਂ ਮੈਂ ਪੈਸਾ ਇੱਕ ਵੀ ਨਹੀਂ ਲੈਣਾ। ਮਿਹਰਬਾਨੀ ਤੁਹਾਡੀ, ਕਿੱਧਰ ਗਏ ਜੀ ਕੇ ਪਿਆਖਦੇ ਹੋ ਉਹਨਾਂ ਨੂੰ? ਚੋਰੀ ਇਕਬਾਲ, ਕੀ ਨਾਂ ਹੈ ਉਹਨਾਂ ਦਾ? ਚੋਰੀ ਇਕਬਾਲ, ਕਿਹੜਾ ਪਿੰਡ ਨੇ? ਵਡਾਲਿਆ, ਵਡਾਲਿਆ। ਚਲੋ ਜੀ, ਉਹਨਾਂ ਨੂੰ ਪੈਗਾਮ ਪਹੁੰਚ ਗਿਆ ਮੇਰੀ ਤਰਫੋਂ ਵੀਡੀਓ ਵਿੱਚ। ਚੋਈ ਸਾਜੇ ਸਾਹਿਬ ਜੀ, ਗੱਲ ਮਾਨ ਦੀ ਕਰਨੀ ਜੇ, ਕੋ ਮਜ਼ਾ ਆਇਆ ਕੋ ਨਹੀਂ? ਅਲਹਮਦੁਲਿਲਾ ਠੀਕ ਹੀ ਹੈ। ਚਲੋ ਮਿਹਰਬਾਨੀ, ਅੱਲਾਹ ਪਾਕ ਖੁਸ਼ ਰੱਖੇ। ਚਲੋ ਉਹ ਤਾਂ ਠੀਕ ਹੋ ਗਿਆ ਤੁਹਾਡੀ ਪਸੰਦ, ਸਾਡੇ ਬਾਰੇ ਕੀ ਪਸੰਦੀਦੇ ਤੁਹਾਡੇ ਕਹਿਣ? ਭਾਈ ਸਾਹਿਬ ਅਲਹਮਦੁਲਿਲਾ, ਤੁਹਾਡੇ ਇਹ ਹੀ ਹੈ ਕਿ ਜਿਹੜਾ ਤੁਸੀਂ ਨੰਬਰ ਦਿੰਦੇ ਹੋ ਨਾ ਸਾਰਿਆਂ ਨਾਲ ਵੱਡੀ ਇਹ ਗੱਲ ਚੰਗੀ, ਬਾਕੀ ਕਈ ਲੋਕਾਂ ਨੂੰ ਤਕਲੀਫ ਹੈ ਵੇ। ਚਲੋ ਬਾਕੀ ਮੈਂ ਨਾ ਯਾਰ ਇੰਜ ਨਹੀਂ ਹੁੰਦਾ, ਹਰ ਬੰਦਾ ਆਪਣੇ ਨਸੀਬ ਲੈਂਦਾ ਤੇ ਕਿਸੇ ਨੂੰ ਕਿਸੇ ਦੇ ਨਸੀਬ ਨਾਲ ਨਹੀਂ ਚੱਲਣਾ ਚਾਹੀਦਾ ਜੀ। ਮਿਹਰਬਾਨੀ ਨਹੀਂ ਹੋਣਾ ਚਾਹੀਦਾ। ਮਿਹਰਬਾਨੀ ਜਨਾਬ। ਚੋਈ ਸਾਜਿਦ ਸਾਹਿਬ ਜੀ, ਆਪਣਾ ਆਪਣਾ ਤਈਬ ਵਡਾਈ ਸਾਹਿਬ ਦੀ ਵੀਡੀਓ ਹੈ, ਤੁਸੀਂ ਮੱਝਾਂ ਦੇ ਮੁੱਲ ਵੀ ਸੁਣ ਲਏ ਨੇ, ਨੰਬਰ ਵੀ ਵਿੱਚ ਲਾ ਗਏ ਨੇ, ਅੱਲਾ ਪਾਕ ਕਰੇ ਖੈਰ। ਜਨਾਬ ਨਾਰੇ ਦੀ ਆਵਾਜ਼ ਆਵੇ, ਪਾਕਿਸਤਾਨ ਜ਼ਿੰਦਾਬਾਦ।